ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਕਰਾਂਗੇ ਨਾਨਕ ਤਿੰਨ ਕੋ ਸਤਿਗੁਰ ਮਿਲਿਆ। ਭਾਈ ਦਲਬੀਰ ਸਿੰਘ ਜੀ ਦਰਬਾਰ ਸਾਹਿਬ ਵਾਲੇ ਜੀ ਦੀ ਕੰਪੋਜੀਸ਼ਨ ਵਿੱਚ ਪਹਿਲੀ ਗੱਲ ਤੋਂ ਕਰਾਂਗੇ, ਬਿਲਕੁਲ ਮਿੱਠਾ ਮਿੱਠਾ ਗਾਇਨ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਲ ਦਾਦਰਾ ਵਿੱਚ ਨੋਟੇਸ਼ਨ ਨਾਲ ਸਮਝਾਈਆਂ ਉਹ ਜੀ ਦੇਖੋ, ਪਹਿਲਾਂ ਮੇਲ ਸਕੇਲ ਅਤੇ ਫਿਰ ਫੀਮੇਲ ਸਕੇਲ 'ਤੇ। ਨਾਨਕ ਤਿੰਨ ਕੋ ਸਤਿਗੁਰ ਮਿਲਿਆ, ਸਾ ਮਾ ਗ ਪ ਮ ਰੇ 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 ਨੀ ਨੀ ਧ ਸ ਸ ਸ। ਨਾਨਕ ਤਿੰਨ ਕੋ ਸਤਿਗੁਰ ਮਿਲਿਆ, ਜਿਨ ਤੁਰੇ ਪਿਆ ਪਰਵਾਣਾ, ਸ ਸ ਰੇ ਮ ਪ ਧ ਨੀ ਧ ਪ ਮ ਗ ਮ ਮ ਮ ਮ। ਜਿਨ ਤੁਰੇ ਪਿਆ ਪਰਵਾਣਾ, ਨਾਨਕ ਤਿੰਨ ਕੋ ਸਤਿਗੁਰ ਮਿਲਿਆ। ਅੰਤਰਾ ਦੇਖੋ ਕਿਸ ਤਰ੍ਹਾਂ ਕਰਨਾ। ਸਰਵਰ ਹੰਸ ਤੁਰੇ ਹੀ ਮਿਲਾ, ਦਾਨੀ ਸਨੀ ਧਦਾ ਪਾਮ ਦਾਨੀ ਸਨੀ ਧਾਦ ਲੱਗੇ। ਠੀਕ ਹੈ, ਗਿਰਾਣਾ ਕਿਸ ਤਰ੍ਹਾਂ? ਸੋਹਮ ਸਾਣਾ ਨੀ ਪਮ ਗ ਗਮ ਧ ਪ ਧ ਪ ਗ ਮ ਮ ਗ ਰੇ ਸਾ। ਸੋਹਮ ਸਾਣਾ ਨਾਨਕ ਤਿੰਨ ਕੋ ਸਤਿਗੁਰ ਮਿਲਿਆ। ਦੇਖੋ ਹੁਣ ਫੀਮੇਲ ਸੇ ਲਿਖਾਂਗੇ ਚੌਥੀ ਗੱਲ। ਠੀਕ ਹੈ, ਨਾਨਕ ਤਿੰਨ ਕੋ ਸਤਿਗੁਰ ਮਿਲਿਆ, ਸਾ ਮ ਗ ਪ ਮ ਰੇ 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 ਨੀ ਨੀ ਸ ਸ ਸ। ਨਾਨਕ ਤਿੰਨ ਕੋ ਸਤਿਗੁਰ ਮਿਲਿਆ, ਜਿਨ ਤੁਰੇ ਪਿਆ ਨਿਧਪ ਮਗ ਮ ਮ ਮਗ ਰੇ ਸਾ। ਜਿਨ ਤੁਰੇ ਪਿਆ ਪਰਵਾਣਾ, ਨਾਨਕ ਤਿੰਨ ਕੋ ਸਤਿਗੁਰ ਮਿਲਿਆ, ਨਾਨਕ ਤਿੰਨ ਕੋ ਸਤਿਗੁਰ ਮਿਲਿਆ। ਅੰਤਰ ਦੇਖੋ ਕਿਸ ਤਰ੍ਹਾਂ ਕਰਨਾ, ਧਾਤ ਲਵਾਂਗੇ। ਸਰਵਰ ਹੰਸ ਤੁਰੇ ਹੀ ਮੇਲਾ, ਦਾਨੀ ਸਨੀ ਦਾ ਪਾਮ ਦਾਨੀ ਸਨੀ ਦਾ ਦਾਦ ਖਸਮੇ ਏਵੇ ਪਾਣਾ।
ਨੀ ਦੋਵੇਂ ਲੱਗ ਗਏ, ਠੀਕ ਹੈ, ਦੋਵੇਂ ਨੀ। ਸਰਵਰ ਅੰਦਰ ਹੀਰਾ ਮੋਤੀ ਸੋਹਨ ਸਾਕਾ ਸਤਿਗੁਰ ਮਿਲਿਆ।